ਲੁਟੇਰਿਆਂ ਦੇ ਲੁੱਟ ਕਰਨ ਦੀ ਸਪੀਡ ਇਸ ਕਦਰ ਵੱਧ ਚੁੱਕੀ ਹੈ ਕਿ ਹੁਣ ਇਹ ਮਿੰਟਾਂ ਸਕਿੰਟਾਂ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਨੇ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੁਟੇਰਿਆਂ ਦੇ ਵੱਲੋਂ ਮਹਿਜ਼ 3 ਮਿੰਟਾਂ ਦੇ ਵਿੱਚ ਪੂਰਾ ਦਾ ਪੂਰਾ ਬੈਂਕ ਹੀ ਲੁੱਟ ਲਿਆ ਜਾਂਦਾ ਹੈ। ਕੈਸ਼ ਲੈ ਕੇ ਇਹ ਲੁਟੇਰੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਸਿਕਿਉਰਿਟੀ ਗਾਰਡ ਤੇ ਲੋਕ ਦੇਖਦੇ ਰਹਿ ਜਾਂਦੇ ਨੇ। ਦੱਸਿਆ ਜਾ ਰਿਹਾ ਹੈ ਕਿ ਜਦੋਂ ਬੈਂਕ ਬੰਦ ਹੋਣ ਵਾਲਾ ਸੀ ਅਤੇ ਕੈਸ਼ ਸਮੇਟਿਆ ਜਾ ਰਿਹਾ ਸੀ ਤਾਂ ਇਸੇ ਦੌਰਾਨ 4 ਲੁਟੇਰੇ ਬੈਂਕ ਦੇ ਵਿੱਚ ਪਹੁੰਚਦੇ ਨੇ, ਹਥਿਆਰ ਦਿਖਾ ਕੇ ਪਹਿਲਾਂ ਤਾਂ ਸਿਕਿਉਰਿਟੀ ਗਾਰਡ ਨੂੰ ਡਰਾਉਂਦੇ ਨੇ ਤੇ ਫਿਰ ਮਹਿਜ਼ 3 ਮਿੰਟਾਂ ਦੇ ਵਿੱਚ ਸਾਰਾ ਕੈਸ਼ ਲੈ ਕੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਹ ਲੁਟੇਰੇ ਇੱਕ ਬਾਈਕ ਤੇ ਸਕੂਟੀ ਤੇ ਆਏ ਸਨ, ਜਿਸ ਤੋਂ ਬਾਅਦ ਇਹਨਾਂ ਨੇ ਅੰਦਰ ਵੜ ਕੇ ਹਥਿਆਰ ਕੱਢ ਲਏ, ਹਥਿਆਰ ਦਿਖਾ ਕੇ ਡਰਾਇਆ ਤੇ ਫਿਰ ਕੈਸ਼ ਲੈ ਕੇ ਫਰਾਰ ਹੋ ਗਏ। ਮਾਮਲਾ ਰੋਹਤਕ ਤੋਂ ਸਾਹਮਣੇ ਆਇਆ ਹੈ। ਰੋਹਤਕ ਦੇ ਡੋਬ ਪਿੰਡ ਦੇ ਵਿੱਚ ਐਕਸਿਸ ਬੈਂਕ ਦੀ ਬ੍ਰਾਂਚ ਦੇ ਵਿੱਚ ਲੁੱਟ ਹੋਈ ਹੈ, ਜਿੱਥੇ ਬੈਂਕ ਜਦੋਂ ਸ਼ਾਮ ਵੇਲੇ ਬੰਦ ਕਰਨ ਦੀ ਤਿਆਰੀ 'ਚ ਸੀ ਤਾਂ ਇਸੇ ਦੌਰਾਨ ਕੈਸ਼ ਸਮੇਟਿਆ ਜਾ ਰਿਹਾ ਸੀ। ਪਰ ਇਸ ਤੋਂ ਪਹਿਲੇ ਕਿ ਬੈਂਕ ਬੰਦ ਹੁੰਦਾ, ਇਹ 4 ਲੁਟੇਰੇ ਇਸ ਬੈਂਕ ਦੇ ਅੰਦਰ ਆਉਂਦੇ ਨੇ, ਮੂੰਹ ਬੰਨੇ ਹੁੰਦੇ ਨੇ, ਹਥਿਆਰ ਦਿਖਾਉਂਦੇ ਨੇ, ਸਿਕਿਉਰਿਟੀ ਗਾਰਡ ਨੂੰ ਡਰਾਉਂਦੇ ਨੇ, ਲੋਕਾਂ ਨੂੰ ਡਰਾਉਂਦੇ ਨੇ ਤੇ ਫਿਰ ਸਾਰਾ ਕੈਸ਼ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਬੈਂਕ ਮੈਨੇਜਰ ਦਾ ਕਹਿਣਾ ਹੈ ਕਿ 6 ਲੱਖ ਦੇ ਕਰੀਬ ਕੈਸ਼ ਸੀ ਜੋ ਇਹ ਲੁਟੇਰੇ ਲੈ ਕੇ ਰਫੂ ਚੱਕਰ ਹੋ ਗਏ ਨੇ। ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਇੱਥੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਸੋ ਮਹਿਜ਼ 3 ਮਿੰਟਾਂ ਦੇ ਵਿੱਚ ਹੀ ਇਹ ਲੁਟੇਰੇ ਬੈਂਕ ਦੇ ਸਾਰੇ ਦਿਨ ਦਾ ਇਕੱਠਾ ਹੋਇਆ ਕੈਸ਼ 6 ਲੱਖ ਰੁਪਏ ਲੈ ਕੇ ਰਫੂ ਚੱਕਰ ਹੋ ਗਏ ਤੇ ਕਿਸੇ ਦੇ ਹੱਥ ਨਹੀਂ ਆਏ। ਮਹਿਜ਼ 3 ਮਿੰਟਾਂ ਦੇ ਵਿੱਚ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਨੇ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਲੋਕ ਡਰੇ ਹੋਏ ਨੇ, ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਲੁੱਟ ਦੀਆਂ ਵਾਰਦਾਤਾਂ ਇੱਥੇ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤੇ ਇੱਕ ਤਰ੍ਹਾਂ ਦੀ ਚੁਣੌਤੀ ਹੈ ਜੋ ਲੁਟੇਰੇ ਮਹਿਜ਼ 3 ਮਿੰਟਾਂ ਦੇ ਵਿੱਚ ਹੀ ਸਾਰਾ ਦਾ ਸਾਰਾ ਬੈਂਕ ਹੀ ਲੁੱਟ ਕੇ ਉੱਥੋਂ ਫਰਾਰ ਹੋਏ ਨੇ। ਅੱਜ ਪੁਲਿਸ ਕੰਟਰੋਲ ਰੂਮ ਮੇਂ ਸੂਚਨਾ ਮਿਲੀ ਥੀ ਕਿ ਗੋਬ ਗਾਉਂ ਕੇ ਅੰਦਰ ਐਕਸਿਸ ਬੈਂਕ ਮੇਂ 4 ਆਦਮੀਓ ਨੇ लुटेरों ने आके यहाँ डकैती करी है, यहाँ पे आके उसकी सूचना प्राप्त करके हम लोग यहाँ मौके पे आए हैं यहाँ पे, और यहाँ के हम लोगों ने सीसीटीवी फुटेज वगैरह भी चेक की है और स्टाफ वगैरह के बारे में पता किया है। तो इसके बारे में बेसिकली यही है कि इसमें एक स्कूटी इन्वॉल्व है और एक मोटरसाइकिल इन्वॉल्व है और 4 आदमी है इसमें, 4 आदमी, 3 आदमी पर असला है और 1 आदमी पर कैरी बैग है इसमें। तो लगभग यहाँ से 6.5 लाख रुपये कैश यहाँ से ये लुट के ले गए हैं गन पॉइंट पर। समथिंग टाइमिंग क्या रही होगी इनकी? कोई 4:57 के आसपास यहाँ से इनकी एंट्री है और 5 बजे के आसपास इनकी एग्जिट है यहाँ से, लगभग 2-3 मिनट में इन लोगों ने कार्रवाई सारी कर दी है। नहीं, अभी तक तो ऐसा कुछ नहीं है, बाकी गनमैन वगैरह से हम गहराई से पूछताछ करें, स्टाफ से पूछताछ कर रहे हैं। बैंक में लूट के समय एक वाटर बॉय था और 2 बैंक कर्मचारी थे।